ਲੋਕਾਂ ਦੇ ਰੋਹ ਨੂੰ ਦੇਖਦੇ ਆ, ਸ਼ਰਾਬ ਫੈਕਟਰੀ ਦਾ ਕੰਮ ਕੀਤਾ ਬੰਦ, ਪਿੰਡ ਸੰਧਾਰ ਸੀ ਵਿਖੇ ਸਥਿਤ ਐਨਵੀ ਡਿਸਟਿਲਰੀ ਵਿੱਚੋਂ ਉੱਡਦੀ ਰਾਖੀ ਦੀ ਸਮੱਸਿਆ ਨੂੰ ਲੈ ਕੇ ਪਿੰਡ ਵਾਸੀਆਂ ਨੇ ਫੈਕਟਰੀ ਦੇ ਗੇਟ ਮੂਹਰੇ ਧਰਨਾ ਲਗਾਇਆ। ਧਰਨੇ ਵਿੱਚ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਫੈਕਟਰੀ ਦੀ ਚਿਮਨੀ ਵਿੱਚੋਂ ਉੱਡਦੀ ਰਾਖੀ ਨੇ ਉਹਨਾਂ ਦਾ ਜੀਣਾ ਮੁਹਾਲ ਕੀਤਾ ਗਿਆ ਹੋਇਆ ਹੈ। ਰਾਖੀ ਦੀ ਵਜ੍ਹਾ ਕਾਰਨ ਪਿੰਡ ਵਾਸੀਆਂ, ਖਾਸ ਕਰ ਬੱਚਿਆਂ ਨੂੰ ਅੱਖਾਂ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਨਵੀ ਡਿਸਟਿਲਰੀ ਦੇ ਪਲਾਂਟ ਹੈੱਡ ਮੁਕੇਸ਼ ਪਾਂਡੇ ਨੇ ਪਿੰਡ ਵਾਸੀਆਂ ਨੂੰ ਮੌਕੇ ਤੇ ਪਹੁੰਚ ਕੇ ਆਸ਼ਵਾਸਨ ਦਿੱਤਾ ਕਿ ਫੈਕਟਰੀ ਨੂੰ ਫਿਲਹਾਲ ਬੰਦ ਕੀਤਾ ਜਾ ਰਿਹਾ ਹੈ ਅਤੇ ਮੁਰੰਮਤ ਤੋਂ ਬਾਅਦ ਹੀ ਫੈਕਟਰੀ ਚਾਲੂ ਕੀਤੀ ਜਾਵੇਗੀ। ਬਿਲਕੁਲ ਡੇਢ ਪਸ਼ੂ ਹੈ, ਬਿਮਾਰ ਹੋਵਾਂ ਰਾਖੀ ਗਿਰਜਾਉਣ ਕੇ, ਉੱਪਰ ਤੋਂ ਵੱਢ ਕੇ ਚਾਰਾ ਪਿਆ ਜਾ ਡੰਗਰਾਂ ਨੂੰ, ਔਰ ਡੰਗਰ ਵੀ ਬਿਮਾਰ ਹੋਵਾਂ। ਲੋਕਾਂ ਦੀ ਅੱਖਾਂ ਮਾਂ ਪੈ ਰਹੀ ਹੈ, ਬਹੁਤ ਤੰਗ ਹੋ ਗਏ ਬੱਚੇ, ਕਿਆ ਹੋਰ ਬਹੁਤ ਦੁਖੀ ਹੋ ਗਿਆ। ਅੱਜ ਪਿੰਡ ਵਾਸੀਆਂ ਨੇ ਫੈਸਲਾ ਕਰਿਆ ਵੀ ਜਾ ਕੇ ਉੱਥੇ ਮੁਜ਼ਾਹਰਾ ਕਰੋ, ਉੱਥੇ ਬੈਠੋ, ਧਰਨਾ ਲਾਓ, ਇਸਕਾ ਇਲਾਜ ਕਰਿਆ ਜਾਏ। ਪ੍ਰਦੂਸ਼ਣ ਬੋਰਡ ਨੂੰ ਕਈ ਵਾਰੀ ਕਹਿ ਲਿਆ, ਕੋਈ ਸੁਣਾਈ ਨਹੀਂ ਕਰਦਾ, 8 ਦਿਨ ਬਾਅਦ ਆਵਾਂ ਆਪਣਾ ਗੇੜਾ ਮਾਰ ਕੇ ਚਲੇ ਜਾਵਾਂ। ਇਹ ਮੌਜੂਦਾ ਸਰਪੰਚ ਹੈ ਉਰੇ, ਤੁਸੀਂ ਕੋਈ ਪਹਿਲਾਂ ਕਾਰਵਾਈ ਕਰੀ ਇਹਨਾਂ ਤੇ? ਕਈ ਵਾਰੀ ਅਸੀਂ ਦਰਖਾਸਤਾਂ ਪ੍ਰਦੂਸ਼ਣ ਬੋਰਡ ਨੂੰ ਵੀ ਦਈਆਂ, ਇਹਨੂੰ ਆ ਕੇ ਵੀ ਮਿਲੇ ਹਾਂ, ਪਰ ਕੋਈ ਕਾਰਵਾਈ ਨਹੀਂ ਕਰਦੇ। ਆਪਣੀ ਮਰਜ਼ੀ ਕਿਹੋ ਜਿਹੀ ਕਾਰਵਾਈ ਚਾਹੁੰਦੇ ਹੋ ਤੁਸੀਂ? ਅਸੀਂ ਕਰਾਂਗੇ ਜੋ ਜਿਹੜੀ ਰਾਖੀ ਹੈ ਇਹ ਬੰਦ ਹੋਣੀ ਚਾਹੀਦੀ, ਨਹੀਂ ਸ਼ਰਾਬ ਫੈਕਟਰੀ ਬੰਦ ਹੋਣੀ ਚਾਹੀਦੀ ਹੈ, ਸਾਨੂੰ ਇਸ ਦੀ ਤਕਲੀਫ ਨਾ ਕੋਈ ਹੋਵੇ। ਜੇ ਨਹੀਂ ਮਸਲਾ ਹੱਲ ਹੁੰਦਾ ਨਹੀਂ ਹੁੰਦਾ ਜੀ, ਅਸੀਂ ਪੱਕੇ ਤੌਰ 'ਤੇ ਧਰਨਾ ਲਾਵਾਂਗੇ ਪਿੰਡ ਵਾਸੀ। ਅਸੀਂ ਇੱਥੇ ਧਰਨਾ ਲਾਉਣ ਆਏ ਹਾਂ ਕਿਉਂਕਿ ਸਾਡੇ ਅੱਖਾਂ 'ਚ ਰਾਖੀ ਪੈਂਦੀ ਹੈ, ਸਾਡੇ ਖਾਣੇ 'ਚ ਰਾਖੀ ਪੈਂਦੀ ਹੈ, ਕਿਉਂਕਿ ਜਿਹੜਾ ਪਸ਼ੂਆਂ ਦਾ ਚਾਰਾ ਉਹਦੇ 'ਚ ਵੀ ਰਾਖੀ ਪੈਂਦੀ ਹੈ, ਇਸ ਕਾਰਨ ਸਾਡੇ ਪਸ਼ੂ ਬਿਮਾਰ ਹੁੰਦੇ ਨੇ। ਮੇਰੇ ਖੁਦ ਦੀ ਅੱਖਾਂ 'ਚ ਰਾਖੀ ਪਈ ਹੈ, ਮੈਂ 2000 ਰੁਪਇਆ ਦੇ ਕੇ ਡਾਕਟਰ ਸਾਹਿਬ ਨੂੰ ਆਪਣੀ ਅੱਖ ਠੀਕ ਕਰਵਾਈ ਹੈ, ਇਹਦੇ ਨਾਲ ਅੱਖਾਂ ਵੀ ਖਰਾਬ ਹੋ ਸਕਦੀਆਂ।